रूपनगर विच पैसे कमाउण दा इक अजिहा ढंग बनाया होया है कि इन्हां ते कोई फिल्म भी बन जावे। पर जदों हुण फड़े गए तां हुण देखो किवें थाने च नीवियां पा के जमीन वल बिटर बिटर झांक रहे ने। असल च इह कोई आम मुंडे कुड़ियां नहीं बल्कि शातिर मुंडे कुड़ियां ने, खास करके इह कुड़ियां जो पहला फेसबुक से किसी अमीरजादे मुंडे नूं अपनियां गल्लां विच फसाउंदियां ने, फिर मिठियां मिठियां गल्लां करदियां ने, इत्थों तक कि अपना नंबर भी दे दिंदियां ने ते मौका देख के घर चाह पीण दा सद्दा भी दिंदियां ने ते इन्हां विच इन्हां दा साथ दिंदी है नवीं जवान कुड़ी ते इह घर बुलाए आदमी नाल अश्लील हरकतां करदियां ने ते फिर उसदी न्यूड फोटो शूट भी कर लैंदियां ने। तो कुड़ी दा भरा जां घर वाला कह के चंगी तरह घर बुलाए व्यक्ति दी कुटमार करदे ने ते फिर रेप केस च फसा के मोटी रकम दी मंग करदे ने। बाकी दी कहानी तुसी बस्ती बावा दे थानेदार तो खुद सुन लो। ਮਾਨਯੋਗ ਸੀ ਪੀ ਸਾਹਿਬ ਜੀ ਵੱਲੋਂ ਕ੍ਰਾਈਮ ਕਰਨ ਵਾਲੇ ਨੂੰ ਗ੍ਰਿਫਤਾਰ ਕਰਨ ਦੀ ਸ਼ਹਿਰ ਵਿੱਚ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਅੱਜ ਅਸੀਂ ਜਿਹੜੇ 8 ਜਿਹੜੇ ਆ ਵਿਅਕਤੀ ਅਤੇ ਗ੍ਰਿਫਤਾਰ ਕੀਤੇ ਨੇ, ਜਿਨ੍ਹਾਂ ਵਿੱਚੋਂ 4 ਲੇਡੀਜ਼ ਆ ਅਤੇ 4 ਜੈਂਟਸ ਆ। ਅਤੇ ਇਹਨਾਂ ਨੇ ਜਿਹੜਾ ਸੀਗਾ ਕਿ ਕੱਲ੍ਹ ਜਿਹੜਾ ਆ ਸਾਨੂੰ ਭੁਪਿੰਦਰ ਸਿੰਘ ਨਾਮ ਨੂੰ ਇੱਕ ਇਤਲਾਹ ਮਿਲੀ ਸੀਗੀ ਕਿ ਉਹਦਾ ਭਰਾ ਜਿਹੜਾ ਆ ਲਖਵੀਰ ਸਿੰਘ ਕਿ ਕਿਸੇ ਨੇ ਬੰਦਕ ਬਣਾ ਕੇ ਰੱਖਿਆ ਅਤੇ ਫਰੋਤੇ ਦੀ ਮੰਗ ਕਰ ਰਿਹਾ, ਜਿਹੜਾ ਕਿ ਅਸੀਂ ਜਿਹੜਾ ਆ ਉੱਥੇ ਜਾ ਕੇ ਮੌਕੇ ਜਾ ਕੇ ਜਦੋਂ ਦੇਖਿਆ ਆ ਅਤੇ ਉਹਦੇ ਜ਼ਖਮੀ ਹਾਲਤ ਨੂੰ ਬਰਾਮਦ ਕਰਕੇ ਜਿਹੜਾ ਆ ਰਤਵੀਰ ਸਿੰਘ ਦੇ ਬਿਆਨਾਂ 'ਚ ਮੁਕਦਮਾ ਦਰਜ ਕਰਕੇ ਜਿਹੜੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ। ਸਰ ਇੱਕ ਕੁੜੀ ਵੀ ਮਿਸਿੰਗ ਹੈ ਕੋਈ? ਨਹੀਂ ਨਹੀਂ, ਇਹ 'ਚ ਕੋਈ ਕੁੜੀ ਮਿਸਿੰਗ ਨਹੀਂ ਹੈਗੀ। ਅਤੇ ਜਿਹੜੀ ਸੀਗੀ ਇਹ ਕਹਿੰਦਾ ਵਿੱਚੋਂ 14 ਸਾਲਾਂ ਦੀ ਕੁੜੀ ਸੀਗੀ ਅਤੇ ਉਹਦੀ ਵੀ ਅਸੀਂ ਇਸ 'ਚ ਅਰੈਸਟ ਪਾਈ। ਬੰਦ ਕਮਰੇ ਰੱਖ ਕੇ ਫਿਰ ਕਿ ਗਲਤ ਹਰਕਤਾਂ ਜਿੱਦਾਂ ਕਰਨੀਆਂ, ਫਿਰ ਬਾਅਦ 'ਚ ਉਹਨੂੰ ਬਲੈਕਮੇਲ ਕਰਦੇ ਸੀਗੇ ਤੇਰੀ ਵੀਡੀਓ ਜਾਂ ਫੋਟੋ ਵਗੈਰਾ ਬਣਾ ਲਈ ਹੈ ਅਤੇ ਨਹੀਂ ਤਾਂ ਫਿਰ ਸਾਨੂੰ 3 ਲੱਖ ਜਾਂ 1 ਲੱਖ ਰੁਪਈਆ ਦੇ ਜਿੱਦਾਂ ਵੀ ਹੈ। ਕੁੜੀਆਂ ਬਲੈਕਮੇਲ ਕਰਦੀ ਸੀ ਮੁੰਡੇ ਨੂੰ? ਕੁੜੀਆਂ ਅਤੇ ਨਾਲ ਜਿਹੜੇ ਮੁੰਡੇ ਸੀਗੇ ਉਹ ਇਹਨਾਂ ਦੀ ਪ੍ਰੋਪਰ ਪਲੈਨਿੰਗ ਹੁੰਦੀ ਸੀਗੀ ਕਿ ਅਸੀਂ ਇਹ ਕੰਮ ਕਰਨਾ ਹੈ, ਤੁਸੀਂ ਇਹ ਕੰਮ ਕਰਨਾ, ਜਿੱਦਾਂ ਕਿ ਕੋਈ ਫੜ ਜਾਂਦਾ ਫਿਰ ਆਣ ਕੇ ਚਪੇੜਾਂ ਮਾਰਦੇ ਸੀਗੇ ਤੂੰ ਸਾਡੇ ਇਹ ਕੀਤਾ ਇਹ ਕੀਤਾ, ਜਿਹੜਾ ਕਿ ਲਖਵੀਰ ਸਿੰਘ ਦੇ ਬਿਆਨਾਂ ਤੋਂ ਜਿਹੜਾ ਆ ਮੁਕਦਮਾ ਦਰਜ ਕੀਤਾ। ਚੱਲ ਤੱਕਰੇ ਨੇ ਕੋਈ ਫਰੋਤੀ ਬਰਾਮਦ ਹੋਈ ਨਾ ਕੋਈ? ਨਹੀਂ ਨਹੀਂ, ਹਜੇ ਕੁਛ ਬਰਾਮਦ ਨਹੀਂ ਹੋਇਆ। ਸਰ ਇਹਦਾ ਪਹਿਲਾਂ ਵੀ ਕੋਈ ਪਰਚੇ ਚੱਲਦੇ? ਬਾਕੀ ਜਿਹੜਾ ਹੈ ਕਿ ਜਿਹੜਾ ਲਖਵੀਰ ਸਿੰਘ ਇਹਨੇ ਸਾਨੂੰ ਰਿਕਾਰਡਿੰਗ ਜਿਹੜੀਆਂ ਆਪਣੀਆਂ ਇਹਦੀਆਂ ਪ੍ਰੋਵਾਈਡ ਕਰਾਈਆਂ ਸਾਨੂੰ ਕਿ ਇਹ ਦੇਖੋ ਜੇ ਚੇ ਫਰੋਤੀ ਹੋਈ ਜਾਂ ਜੋ ਵੀ ਮੰਗ ਕਰ ਰਹੇ ਪੈਸੇ। ਕਿਹੜੇ ਤੱਕ ਮਾਮਲਾ ਦਰਜ ਕੀਤੇ ਨੇ? ਇਹਨਾਂ 'ਤੇ 323, 342, 386, 120B ਤਹਿਤ ਜਿਹੜਾ ਮੁਕਦਮਾ ਦਰਜ ਕੀਤਾ ਹੈ। ਇਹਨਾਂ 'ਤੇ ਪਹਿਲਾਂ ਵੀ ਕੋਈ ਮੁਕਦਮਾ ਹੈਗਾ? ਹਾਂ, ਜਿੱਦਾਂ ਜਸਵਿੰਦਰ ਸਿੰਘ ਜੱਸਾ ਇਹਦੇ ਖਿਲਾਫ 15/85 ਦੇ ਮੁਕਦਮੇ ਹੈ ਵੱਖ ਵੱਖ ਥਾਣੇ 'ਚ। ਠੀਕ ਹੈ ਜੀ।